ਸਾਡੀ ਮਹਿਲਾ ਪੱਤਰਕਾਰ ਸਾਰਾ ਗੁਰਪਾਲ ਜੁੜ ਚੁੱਕੇ ਨੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਐਮ ਸੋ ਸੌਰੀ ਮੈਂ ਖਾ ਰਹੀ ਹਾਂ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀਗੀ ਖਾਂਦੇ ਖਾਂਦੇ ਵੀ ਰਿਪੋਰਟਿੰਗ ਕਰ ਸਕਦੇ ਹਾਂ ਰਿਪੋਰਟਿੰਗ ਕਰਨੀ ਹੈ ਤੁਸੀਂ ਤਾਂ ਮੈਂ ਜਰਨਲਿਸਟ ਹਾਂ ਇਸ ਮੂਵੀ ਦੇ ਵਿੱਚ ਤਾਂ ਮੈਂ ਰਿਪੋਰਟਿੰਗ ਵੀ ਕਰ ਸਕਦੀ ਹਾਂ ਬਟ ਆਬਵੀਅਸਲੀ ਤੁਹਾਡੇ ਜਿੰਨਾ ਚੰਗਾ ਨਹੀਂ ਕਰ ਸਕਦੀ ਪਰ ਨੇ ਰਿਪੋਰਟਿੰਗ ਵੀ ਕਿਦਾਂ ਕਿ ਅੱਧੇ ਤੇ ਖਾਵਾਂ ਸੁਣਨ ਨੂੰ ਲੱਗੇ ਸਾਰਾ ਗੁਰਪਾਲ ਹੱਸੀ ਹੋਣੀ ਕੀ ਕੀਤੀ ਕੀਤਾ ਜੀ ਨਹੀਂ ਸੀਰੀਅਸ ਨਹੀਂ ਇਦਾਂ ਕੀਤਾ ਮੈਂ ਕਿਦਾਂ ਕੀਤਾ ਸੀ ਇਹਦੇ ਵਿੱਚ ਮੈਂ ਸਟੋਰੀ ਰਿਲੇਟ ਇਹ ਤੋਂ ਮਾੜਾ ਕੀਤਾ ਕਿਉਂਕਿ ਇਦਾਂ ਹੀ ਮਾੜਾ ਕੀਤਾ ਅੰਮ੍ਰਿਤਸਰ ਸਾਈਡ ਤੋਂ ਨਹੀਂ ਨਹੀਂ ਮੈਂ ਮਾਨਸਾ ਜ਼ਿਲ੍ਹਾ ਪਿੰਡ ਬਹਾਦਰਪੁਰ ਮੈਨੂੰ ਪਤਾ ਤਹਿਸੀਲ ਬੜਾਡਾ ਮੈਨੂੰ ਪਤਾ ਸੀ ਪਤਾ ਮਲਵਈ ਹੋਣਾ ਤੁਸੀਂ ਬਿਲਕੁਲ ਮਾਲਵੇ ਵਾਲੇ ਮਾਲਵੇ ਵਾਲੇ ਨਾ ਮੇਰੇ ਸਾਰੇ ਦੋਸਤ ਮਾਲਵੇ ਵਾਲੇ ਨੇ ਅਸੀਂ ਵੀ ਆ ਜਮਾ ਤੁਸੀਂ ਸਾਰੇ ਕਿੰਨਾ ਪਿਆਰ ਕਰਦੇ ਹੋ ਬਹੁਤ ਮਾਲਵੇ ਵਾਲੇ ਬਹੁਤ ਘੈਂਟ ਹੁੰਦੇ ਆ ਸਾਰੇ ਬਹੁਤ ਘੈਂਟ ਹੁੰਦੇ ਬਟ ਮਲਵਈ ਵਾਲੇ ਘੈਂਟ ਹੁੰਦੇ ਨੇ ਯਾਰ ਰੀਲਾਂ ਕੱਟ ਕੇ ਪਾ ਦਿਓ ਸਾਰੇ ਸ਼ੇਅਰ ਕਰ ਦਿਓ ਬਾਤਵਾ ਸ਼ੇਅਰ ਕਰਾ ਲਾਂਗੇ ਆਪਾਂ ਸ਼ੇਅਰ ਕਰ ਦਿਓ ਪਹਿਲਾਂ ਜਦੋਂ ਸਰ ਲੈ ਕੇ ਆਏ ਸੀਗੇ ਮਾਈਨਿੰਗ ਮੈਂ ਝੂਠ ਨਹੀਂ ਬੋਲੂੰਗੀ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਇੰਨਾ ਸੈਂਸਿਟਿਵ ਮੁੱਦਾ ਹੈਗਾ ਜੀ ਤੇ ਜਦੋਂ ਉਹਨਾਂ ਨੇ ਦੱਸਿਆ ਵੀ ਇਦਾਂ ਆ ਇਦਾਂ ਮੈਂ ਕਿਹਾ ਸਰ ਇਹ ਤੇ ਆਬਜੈਕਸ਼ਨ ਨਹੀਂ ਤੇ ਚੀਜ਼ਾਂ ਨਹੀਂ ਹੋਣਗੀਆਂ ਤੇ ਉਹ ਕਹਿੰਦੇ ਕਿ ਹੋਊਗਾ ਆਬਵੀਅਸਲੀ ਜਦੋਂ ਆਬਵੀਅਸਲੀ ਉੜਤਾ ਪਜਾਮ ਬਣ ਰਹੀ ਹੈ ਜੇ ਆਬਵੀਅਸ ਦੇ ਉਹ ਜੇ ਸਾਰੀ ਚੀਜ਼ਾਂ ਆਪਾਂ ਸ਼ੋਕੇਸ ਕਰ ਰਹੇ ਹਾਂ ਬਟ ਸ਼ੋਕੇਸ ਕਰਨਾ ਇੱਕ ਅਲੱਗ ਚੀਜ਼ ਹੈ ਲੇਕਿਨ ਆਪਾਂ ਉਹਨੂੰ ਨੈਗੇਟਿਵ ਨਹੀਂ ਨਹੀਂ ਪ੍ਰੈਜ਼ੈਂਟ ਕਰ ਰਹੇ ਛੋਟੀ ਵੀ ਨਾਲ ਰਾਜੋਗੇ ਤਾਂ ਫੋਨ ਵਾਲੇ ਆ ਯਾਰ ਆ ਤੁਹਾਡਾ ਹੋ ਨਹੀਂ ਹੈ ਤਾਂ ਉਪਵਾਸ ਕਰ ਲੈਂਦੇ 6:50 ਹੋ ਗਏ 6:50 ਚੁੱਪ ਰੋਜ਼ਾ ਰੱਖਿਆ ਹੈ ਹਾਂ ਮੈਡਮ ਦਾ ਨਾ ਰਿਫਰੈਸ਼ਮੈਂਟ ਆ ਗਿਆ ਕੋਈ ਗੱਲ ਨਹੀਂ ਅਸੀਂ ਨਹੀਂ ਖਾਂਦੇ ਅਸੀਂ ਨਹੀਂ ਖਾਂਦੇ ਅਸੀਂ ਨਹੀਂ ਖਾਂਦੇ ਰੱਖ ਲੈਣੇ ਆ ਨਾਲੇ ਸੋ ਅਸੀਂ ਨਹੀਂ ਖਾਂਦੇ ਹਾਂ ਦੇ ਦੋ ਵੈਸੇ ਦੇ ਆ ਟੇਬਲ ਆਪਾਂ ਇਹਨੂੰ ਕਰਨਾ ਹਾਂ ਮੈਂ ਕਹਿੰਦਾ ਯਾਰ ਉੱਤਿਆ ਯਾਰ ਚਿੱਲ ਕੇ ਮੈਂ ਫੜ ਕੇ ਬਈਓ ਇੱਕ ਵਾਰ ਮੈਂ ਇੱਕ ਵਾਰ ਮੈਂ ਫਰੀ ਚੱਲ ਰਿਹਾ ਹਾਂ ਤੁਹਾਨੂੰ ਫੜ ਕੇ ਨਾ ਯਾਰ ਸੀਰੀਅਸਲੀ ਵੀ ਨਹੀਂ ਕਿਸੇ ਨੇ ਕੋਈ ਆਪਣੇ ਅਸੀਂ ਪਹਿਲਾਂ ਕਹਤਾ ਵੀ ਨਹੀਂ ਖਾਂਦੇ ਦੋ ਵਾਰੀ ਖਾਵਾਂ ਸੀ ਕਿ ਪੱਕੀ ਸੱਚ ਗੱਲ ਜੀ ਤੁਸੀਂ ਦੇਖ ਰਹੇ ਹੋ ਫਿਲਮ ਵਾਈਟ ਤੇ ਇਸ ਸਮੇਂ ਸਾਡੇ ਨਾਲ ਰੇਤਾ ਮਤਲਬ ਮਾਈਨਿੰਗ ਰੇਤੇ ਤੇ ਕਬਜ਼ਾ ਤੇ ਉਸ ਤੋਂ ਬਾਅਦ ਜੀ ਗੱਲ ਕਰੀ ਸਾਡੀ ਮਹਿਲਾ ਪੱਤਰਕਾਰ ਸ਼ੁਰੂ ਕਰ ਦੋ ਮੈਂ ਤਾਂ ਕਰਦਾ ਕਰ ਰੱਖਿਆ ਸਾਡੀ ਮਹਿਲਾ ਪੱਤਰਕਾਰ ਸਾਰਾ ਗੁਰਪਾਲ ਜੁੜ ਚੁੱਕੇ ਨੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਐਮ ਸੋ ਸੌਰੀ ਮੈਂ ਖਾ ਰਹੀ ਹਾਂ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀਗੀ ਖਾਂਦੇ ਖਾਂਦੇ ਵੀ ਰਿਪੋਰਟਿੰਗ ਕਰ ਸਕਦੇ ਹਾਂ ਹਾਂ ਰਿਪੋਰਟਿੰਗ ਕਰਨੀ ਹੈ ਤੁਸੀਂ ਤਾਂ ਮੈਂ ਜਰਨਲਿਸਟ ਹਾਂ ਇਸ ਮੂਵੀ ਦੇ ਵਿੱਚ ਤਾਂ ਮੈਂ ਰਿਪੋਰਟਿੰਗ ਵੀ ਕਰ ਸਕਦੀ ਹਾਂ ਬਟ ਆਬਵੀਅਸਲੀ ਤੁਹਾਡੇ ਜਿੰਨਾ ਚੰਗਾ ਨਹੀਂ ਕਰ ਸਕਦੀ ਬਟ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਦੇ ਕਿਰਦਾਰ ਨੂੰ ਬੇਸ ਸੋਚਣ ਵਾਲੀ ਗੱਲ ਹੈ ਸਾਰਾ ਗੁਰਪਾਲ ਨੇ ਰਿਪੋਰਟਿੰਗ ਵੀ ਕੀਤਾ ਕਿ ਅੱਧੇ ਤੇ ਖਾਵਾਂ ਸੁਣਨ ਨੂੰ ਲੱਗੇ ਸਾਰਾ ਗੁਰਪਾਲ ਹੱਸੀ ਹੋਣੀ ਨਹੀਂ ਧਿਆਨ ਸੇ ਦੇਖਣਾ ਇਸ ਵਿਅਕਤੀ ਕੋ ਰੁਕ ਜਾਓ ਯਾਰ ਕਿੱਦਾਂ ਕੀਤਾ ਜੀ ਨਹੀਂ ਸੀਰੀਅਸ ਨਹੀਂ ਇਦਾਂ ਕੀਤਾ ਮੈਂ ਕਿੱਦਾਂ ਕੀਤਾ ਸੀ ਇਹਦੇ ਵਿੱਚ ਮੈਂ ਸਟੋਰੀ ਰਿਲੇਟ ਇਹ ਤੋਂ ਮਾੜਾ ਕੀਤਾ ਕਿਉਂਕਿ ਇਦਾਂ ਹੀ ਮਾੜਾ ਕੀਤਾ ਯਾਰ ਮੈਂ ਤੁਹਾਡਾ ਕੀ ਕਰਾਂ ਦੇਖੋ ਅਸੀਂ ਤੁਸੀਂ ਕਿੰਨਾ ਪਿਆਰ ਕਰਦੇ ਮੀਡੀਆ ਤੁਸੀਂ ਅੰਮ੍ਰਿਤਸਰ ਸਾਈਡ ਤੋਂ ਨਹੀਂ ਨਹੀਂ ਮੈਂ ਮਾਨਸਾ ਜ਼ਿਲ੍ਹਾ ਪਿੰਡ ਬਹਾਦਰਪੁਰ ਮੈਨੂੰ ਪਤਾ ਤਹਿਸੀਲ ਬੜਾਡਾ ਮੈਨੂੰ ਪਤਾ ਸੀ ਪਤਾ ਮਲਵਈ ਹੋ ਨਾ ਤੁਸੀਂ ਬਿਲਕੁਲ ਮਾਲਵੇ ਵਾਲੇ ਮਾਲਵੇ ਵਾਲੇ ਨਾ ਮੇਰੇ ਸਾਰੇ ਦੋਸਤ ਮਾਲਵੇ ਵਾਲੇ ਨੇ ਅਸੀਂ ਵੀ ਆ ਜਮਾ ਤੁਸੀਂ ਸਾਰੇ ਕਿੰਨਾ ਪਿਆਰ ਕਰਦੇ ਹੋ ਬਹੁਤ ਮਾਲਵੇ ਵਾਲੇ ਬਹੁਤ ਘੈਂਟ ਹੁੰਦੇ ਆ ਸਾਰੇ ਬਹੁਤ ਘੈਂਟ ਹੁੰਦੇ ਬਟ ਮਲਵਈ ਵਾਲੇ ਘੈਂਟ ਹੁੰਦੇ ਨੇ ਯਾਰ ਰੀਲਾਂ ਕੱਟ ਕੇ ਪਾ ਦਿਓ ਸਾਰੇ ਸ਼ੇਅਰ ਕਰ ਦਿਓ ਬਾਤ ਵਾ ਸ਼ੇਅਰ ਕਰਾ ਲਾਂਗੇ ਆਪਾਂ ਸ਼ੇਅਰ ਕਰ ਦਿਓ ਓਕੇ ਮੈਮ ਚਲਦੇ ਬਾਈ ਔਰ ਟੇਬਲ ਰਿਸਕ ਕਰ ਲੈਣੇ ਪੈਦਰ ਕੋਈ ਨਾ ਚੁੱਕ ਚ ਸਭ ਤੋਂ ਪਹਿਲਾਂ ਤਾਂ ਮਾਈਨਿੰਗ ਇੰਨੇ ਜ਼ਿਆਦਾ ਜਿਹੜਾ ਗੰਭੀਰ ਮੁੱਦਾ ਹੈ ਫਿਲਮ ਕਿਤੇ ਉੱਤੋਂ ਵਿੱਚ ਰਿਪੋਰਟਿੰਗ ਕਰ ਰਹੇ ਹੋ ਕਿਵੇਂ ਤਾਂ ਲੱਗੇ ਇਹ ਕਨਸੈਪਟ ਕਿੱਦਾਂ ਲੱਗੀ ਸਟੋਰੀ ਯਾਰ ਪਹਿਲਾਂ ਜਦੋਂ ਸਰ ਲੈ ਕੇ ਆਏ ਸੀਗੇ ਮਾਈਨਿੰਗ ਮੈਂ ਝੂਠ ਨਹੀਂ ਬੋਲੂੰਗੀ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਇੰਨਾ ਸੈਂਸਿਟਿਵ ਮੁੱਦਾ ਹੈਗਾ ਜੀ ਤੇ ਜਦੋਂ ਉਹਨਾਂ ਨੇ ਦੱਸਿਆ ਵੀ ਇਦਾਂ ਆ ਇਦਾਂ ਮੈਂ ਕਿਹਾ ਸਰ ਇਹ ਤੇ ਆਬਜੈਕਸ਼ਨ ਨਹੀਂ ਤੇ ਚੀਜ਼ਾਂ ਨਹੀਂ ਹੋਣਗੀਆਂ ਤੇ ਉਹ ਕਹਿੰਦੇ ਕਿ ਹੋਊਗਾ ਆਬਵੀਅਸਲੀ ਜਦੋਂ ਆਬਵੀਅਸਲੀ ਉੜਤਾ ਪਜਾਮ ਬਣ ਰਹੀ ਹੈ ਜੇ ਆਬਵੀਅਸ ਦੇ ਉਹ ਜੇ ਸਾਰੀ ਚੀਜ਼ਾਂ ਆਪਾਂ ਸ਼ੋਕੇਸ ਕਰ ਰਹੇ ਹਾਂ ਬਟ ਸ਼ੋਕੇਸ ਕਰਨਾ ਇੱਕ ਅਲੱਗ ਚੀਜ਼ ਹੈ ਲੇਕਿਨ ਆਪਾਂ ਉਹਨੂੰ ਨੈਗੇਟਿਵ ਨਹੀਂ ਨਹੀਂ ਪ੍ਰੈਜ਼ੈਂਟ ਕਰ ਰਹੇ ਜਦੋਂ ਮੈਨੂੰ ਹੀ ਨਹੀਂ ਪਤਾ ਕਿ ਇੱਦਾਂ ਦੀ ਕੋਈ ਚੀਜ਼ ਐਗਜ਼ਿਸਟ ਕਰਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਯਾਰ ਮਤਲਬ ਮੈਂ ਇੱਦਾਂ ਨਹੀਂ ਹਾਂ ਵੀ ਮੈਂ ਇੰਟਰਸਟ ਰੱਖਦੀ ਹਾਂ ਪੋਲੀਟਿਕਸ ਵੀ ਲੈ ਲੈ ਆਈ ਟੀ ਚੱਲ ਗਈ